भारतीय मूल के लोग मेयर की चोण जीते हैं। इन्हों चोणों में अल्बर्टा के सब तो बड़े शहर कैलगरी में पहली बार कोई औरत मेयर चुनी गई है, भी पंजाबण। अल्बर्टा के दूजे बड़े शहर एडमिंटन में पहली बार कोई रंगदार व्यक्ति मेयर की कुर्सी तक पहुंचा है। यह गुणा सबका फैडरल मंत्री अमरजीत सोही का पिया है। पेश है इस बारे साड़ी रिपोर्टर प्रभजोत कालू की यह रिपोर्ट। सर, पहली औरत ही कैलगरी में नहीं चुनी गई, वो भी पंजाबण। दो हिस्ट्री क्रिएटेड, सब के मेला वैगुरु की कृपा नाल सारी चीज हुई है जी। रब दे हाथ विच सी, मैं तो मेहनत की अपनी टीम के नाल जिनी भी मैं कर सकती सी, तो बड़ी खुशी हुई भी क्या भी वोटर्स ने यह सोचा भी मेरे विच कोई चीज हैगी है जी नाल लीडरशिप पोजिशन दिती जाए। तो मैं बस हूँ खुश हैगी हूँ मैं सेवा कर सकती हूँ 4 साल वास्ते, तो अपने शहर को अगे लिया। सर, मैं इस गल का माण है कि जो सहयोग एडमिंटन की कम्यूनिटी ने बाहरलिया कम्यूनिटिया ने मैंने दिता है कि इस पोजिशन के मैं कामयाब हो सकता, वो माण का ही नतीजा कि आप कल इलैक्ट हो। सो सारे का बहुत बहुत धन्यवाद, बड़ी खुशी हो रही है। यह माहौल बीती रात अल्बर्टा का है जिथे हुई म्यूनसिपल चोणों में कैलगरी और एडमिंटन के दोवें वड्डे शहरों के चुने गए मेयर ने एक नवा इतिहास सिरजा है। अल्बर्टा के सब तो वड्डे शहर कैलगरी में साबका काउंसलर और पहली औरत मेयर बनने का खिताब पंजाबी मूल की डॉक्टर प्रभजोत कौर गरेवाल उर्फ गौंडक को मिलया है, जिन्होंने 11 साल कैलगरी के मेयर रह चुके और उस समय मुस्लिम भाईचारे के पहले बने मेयर नहीद नंशी की जगह लई है, जिन्होंने इस बार चुनाव ना लड़न का फैसला किया। डॉक्टरेट की थी यूनिवर्सिटी ऑफ कैलगरी तो अर्बन सोशियोलॉजी दे विच। सो डॉक्टर प्रभजोत कौर गांडेक पहला गरेवाल हुंदा सी, एंड थोड़े वालों मेनु आए लगता भी बस आप अकॉम्पलिशमेंट्स इनिया कीतियां हैगियां ते दुनिया नु पता लग गए भी अपनी कम्यूनिटी की कर सकती। ਤੁਹਾਨੂੰ ਕੀ ਲੱਗਦਾ ਕਿ ਇੱਥੇ ਜ਼ਿਆਦਾ ਡਾਇਵਰਸ ਹੈਗਾ ਆ, ਨੋ ਡਾਊਟ ਤੁਹਾਡੀ ਕੈਪੇਬਿਲਿਟੀ ਤਾਂ ਹੈਗੀ ਆ, ਕੀ ਕਾਰਨ ਹੈਗਾ ਕਿ ਲੋਕਾਂ ਨੇ ਤੁਹਾਨੂੰ ਚੁਣਿਆ? ਮੈਨੂੰ ਲੱਗਦਾ ਦੋ ਗੱਲਾਂ ਜੀ। ਪਹਿਲੀ ਗੱਲ ਤਾਂ ਇਹ ਹੈਗੀ ਹੈ ਜਿਹੜੀ ਇਮੇਜ ਕੈਲਗਰੀ ਦੀ ਪ੍ਰੈਜ਼ੈਂਟ ਹੁੰਦੀ ਹੈ ਕਈ ਵਾਰੀ ਗਲਤ ਹੁੰਦੀ ਹੈ। ਕਾਫੀ ਵਾਰ ਸਾਨੂੰ ਕਿਹਾ ਜਾਂਦਾ ਹੈ ਕਿ ਵੀ ਰੈੱਡ ਨੈਕ ਹੈਗੀ ਹੈ, ਇਹ ਗੱਲ ਸੱਚ ਨਹੀਂ। ਅਤੇ ਮੇਰਾ ਖਿਆਲ ਹੈ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਕੈਲਗਰੀ ਦੇ ਜਿਹੜੇ ਵੋਟਰਸ ਹੈਗੇ ਆ ਉਹ ਚਾਹੁੰਦੇ ਸੀਗੇ ਵੀ ਕੋਈ ਲੀਡਰਸ਼ਿਪ ਪੋਜੀਸ਼ਨ ਵਿੱਚ ਆਵੇ ਜਿਹੜਾ ਕੋਈ ਵਿਜ਼ਨ ਆਫਰ ਕਰ ਸਕਦਾ ਤੇ ਜਿਹਨਾਂ ਦਾ ਬੈਕਗ੍ਰਾਉਂਡ ਸਟਰੋਂਗ ਹੈਗਾ। ਸੋ ਜੇ ਆਪਾਂ ਸੋਚੀਏ ਵੀ 10 ਸਾਲ ਤਾਂ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਸੀ ਇਹ ਜਿਹੇ ਰੋਲ ਵਾਸਤੇ, ਫਿਰ 4 ਸਾਲ ਕੌਂਸਲ ਤੇ ਲਾਏ ਹੈਗੇ ਆ, 14 ਸਾਲਾਂ ਦਾ ਐਕਸਪੀਰੀਅੰਸ ਕੋਈ ਚੀਜ਼ ਹੁੰਦੀ ਹੈ। ਸੋ ਇਹ ਕੈਲਗਰੀਅਨ ਵੋਟਰਸ ਨੇ ਮੈਨੂੰ ਵੋਟ ਦਿੱਤੀ ਆਪਦੀ, ਮੈਨੂੰ ਟਰੱਸਟ ਕੀਤਾ ਬਿਕੋਜ਼ ਉਹਨਾਂ ਨੂੰ ਪਤਾ ਸੀਗਾ ਵੀ ਮੈਂ ਪ੍ਰਿਪੇਅਰਡ ਹੈਗੀ ਹਾਂ। ਜਦਕਿ ਐਡਮਿੰਟਨ ਵਿੱਚ ਭਾਈਚਾਰੇ ਦੇ ਜਾਣੇ ਪਹਿਚਾਣੇ ਚਿਹਰੇ ਅਤੇ ਫੈਡਰਲ ਮੰਤਰੀ ਰਹਿ ਚੁੱਕੇ ਅਮਰਜੀਤ ਸਿੰਘ ਸੋਹੀ ਮੇਅਰ ਬਣੇ ਹਨ, ਜੋ ਪਹਿਲੇ ਰੰਗਦਾਰ ਭਾਈਚਾਰੇ ਵਿੱਚੋਂ ਅਤੇ ਖਾਸ ਕਰਕੇ ਪੰਜਾਬੀ ਮੂਲ ਦੇ ਪਹਿਲੇ ਮੇਅਰ ਬਣੇ ਹਨ ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਸਾਡੀ ਅਲਬਰਟਾ ਬੜੀ ਡਾਇਵਰਸ ਪ੍ਰੋਵਿੰਸ ਹੈਗੀ ਹੈ, ਇੱਥੇ ਵੱਖਰੇ ਵੱਖਰੇ ਖਿੱਤਿਆਂ 'ਚੋਂ ਲੋਕ ਆ ਕੇ ਰਹਿ ਰਹੇ ਨੇ ਅਤੇ ਬੜੀ ਡਾਇਵਰਸਿਟੀ ਹੈ, ਅਤੇ ਉਸ ਡਾਇਵਰਸਿਟੀ ਦਾ ਨਤੀਜਾ ਹੈਗਾ ਕਿ ਅੱਜ ਦੋ ਰੇਸ਼ਲਾਈਜ਼ਡ ਜਿਹੜੇ ਲੀਡਰਸ ਨੇ ਉਹ ਸਾਹਮਣੇ ਆਏ ਨੇ। ਡਾਇਵਰਸਿਟੀ ਇਕੱਲੇ ਰੰਗ ਦੀ ਜਾਂ ਕਲਰ ਦੀ ਨਹੀਂ ਹੁੰਦੀ, ਡਾਇਵਰਸਿਟੀ ਦੇ ਵਿੱਚ ਤੁਹਾਡੇ ਜਿਹੜੇ ਵਿਚਾਰ ਨੇ, ਤੁਹਾਡਾ ਲਿਵਡ ਐਕਸਪੀਰੀਅੰਸ ਆ ਉਹ ਵੀ ਹੁੰਦਾ। ਸੋ ਉਹਦੇ ਨਾਲ ਜਿਹੜੀ ਡਿਸੀਜਨ ਮੇਕਿੰਗ ਪ੍ਰੋਸੈਸ ਹੈ ਬੜੀ ਵਧੀਆ ਬਣ ਜਾਂਦੀ ਹੈ, ਅਤੇ ਮੈਨੂੰ ਇਹ ਮੌਕਾ ਮਿਲੇਗਾ ਕਿ ਮੈਂ ਲੋਕਾਂ ਦੇ ਬਿਹਾਫ ਤੇ ਕੰਮ ਕਰ ਸਕਾਂ ਤੇ ਬੜਾ ਚੰਗਾ ਲੱਗਦਾ। ਪੰਜਾਬ ਤੋਂ ਇੰਗਲੈਂਡ ਤੇ ਫਿਰ ਵਿਨੀਪੈਗ ਵਿੱਚ ਆ ਵਸੇ ਇਮੀਗ੍ਰੈਂਟ ਮਾਪਿਆਂ ਦੀ ਧੀ 52 ਸਾਲਾ ਗੌਂਡਕ ਦਾ ਜਨਮ ਯੂਕੇ ਦਾ ਹੈ, ਪਰ 4 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਸਮੇਤ ਵਿਨੀਪੈਗ ਆ ਵਸੇ ਸਨ, ਜਿਨ੍ਹਾਂ ਕੈਲਗਰੀ ਯੂਨੀਵਰਸਿਟੀ ਤੋਂ ਸੋਸ਼ੀਓਲੋਜੀ ਵਿੱਚ PhD ਕਰਨ ਉਪਰੰਤ ਆਪਣੀ ਕੰਸਲਟਿੰਗ ਕੰਪਨੀ ਦੇ ਨਾਲ ਨਾਲ ਰਾਜਨੀਤੀ ਵਿੱਚ ਵੜਨ ਤੋਂ ਪਹਿਲਾਂ ਕੈਲਗਰੀ ਯੂਨੀਵਰਸਿਟੀ ਦੇ ਹੈਸਟਨ ਬਿਜ਼ਨਸ ਸਕੂਲ ਵਿੱਚ ਕੰਮ ਕਰਨ ਤੋਂ ਇਲਾਵਾ ਮੈਨੀਟੋਬਾ ਸਰਕਾਰ ਨਾਲ ਵੀ ਕੰਮ ਕੀਤਾ ਹੈ, ਅਤੇ 2017 ਵਿੱਚ ਉਹ ਪਹਿਲੀ ਵਾਰ ਵਾਰਡ 3 ਵਿੱਚੋਂ ਕੌਂਸਲਰ ਚੁਣੇ ਗਏ ਸਨ। ਅਤੇ ਸਮਝਦੇ ਹਾਂ ਕਿ ਕੈਲਗਰੀ ਵਿੱਚ ਬਹੁਤ ਸਾਰੇ ਸੰਜੀਦਾ ਮੁੱਦੇ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਉਹ ਸਭ ਨਾਲ ਰਲ ਕੇ ਕੰਮ ਕਰਨ ਨੂੰ ਹੁਣ ਤਿਆਰ ਹਨ। ਸੋ ਜਿਹੜੀ ਆਪਣੀ ਇਕਾਨਮੀ ਦੀ ਗੱਲ ਹੈ ਕਿ ਇਹ ਕਾਫੀ ਵਾਰੀ ਲੋਕ ਉੱਥੇ ਫੋਕਸ ਕਰਦੇ ਹੈ, ਪਰ ਜੇ ਤੁਹਾਡੀ ਪਾਪੂਲੇਸ਼ਨ ਸਟਰੋਂਗ ਨਹੀਂ ਫਿਰ ਤੁਹਾਡਾ ਲੇਬਰ ਫੋਰਸ ਕਿਵੇਂ ਸਟਰੋਂਗ ਹੋ ਸਕਦਾ? ਸੋ ਆਪਾਂ ਨੂੰ ਦੇਖਣਾ ਪਊਗਾ ਵੀ ਲੋਕਾਂ ਵਾਸਤੇ ਹਾਊਸਿੰਗ ਦੀ ਸਿਚੁਏਸ਼ਨ ਬੜੀ ਵਧੀਆ ਹੋਵੇ, ਇੱਥੇ ਅਫੋਰਡੇਬਲ ਹੋਵੇ, ਅਤੇ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਜਿਵੇਂ ਚਾਈਲਡ ਕੇਅਰ ਹੈਗਾ ਜਾਂ ਪਬਲਿਕ ਹੈਲਥ ਦੇ ਸਪੋਰਟਸ, ਉਹ ਸਾਰੇ ਇਨ ਪਲੇਸ ਹੋਣ, ਉਸ ਵਾਸਤੇ ਸਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਲੋੜ ਹੈਗੀ ਹੈ, ਪਾਰਟਨਰਸ਼ਿਪ ਬਣਾਉਣੀ ਪਊਗੀ। ਇਕੋਨਮੀ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਗੱਲ ਹੈਗੀ ਹੈ ਕੈਲਗਰੀ ਬਾਰੇ, ਸਾਡਾ ਜਿਹੜਾ ਟੈਕ ਸੈਕਟਰ ਹੈਗਾ ਬੜਾ ਸਟਰੋਂਗ ਬਣ ਗਿਆ।
ਤੇ ਉਸ ਟੈਕ ਸੈਕਟਰ ਦੇ ਨਾਲ ਤੇ ਇਨੋਵੇਸ਼ਨ ਦੇ ਨਾਲ ਮੈਂ ਚਾਹੁੰਦੀ ਹੈ ਕਿ ਇਹ ਵੀ ਸਾਡੀ ਰੈਪੂਟੇਸ਼ਨ ਇਹ ਜੀ ਬਣ ਜੇ ਵੀ ਅਸੀਂ ਸਾਰੀਆਂ ਜਿਹੜੀਆਂ ਬਿਜ਼ਨਸ ਪ੍ਰੋਸੈਸਿਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਸਸਟੇਨੇਬਲ ਬਣਾ ਲਈਏ। ਇਹ ਜੇ ਮੈਸੇਜ ਸੈਂਡ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਟ੍ਰਾਂਜੀਸ਼ਨਿੰਗ ਇਕਨੋਮੀ ਦੇ ਲੀਡਰ ਹੈਗੇ। ਖੁਦ ਅਮਰਜੀਤ ਸਿੰਘ ਸੋਹੀ ਕਿੱਤੇ ਵਜੋਂ ਇੱਕ ਬੱਸ ਡਰਾਈਵਰ ਰਹੇ ਹਨ ਜਿਨ੍ਹਾਂ ਨੇ ਪਹਿਲੀ ਵਾਰ 2007 ਵਿੱਚ ਐਡਮਿੰਟਨ ਦੇ ਕੌਂਸਲਰ ਬਣ ਕੇ ਸਿਆਸਤ ਵਿੱਚ ਪੈਰ ਰੱਖਿਆ ਸੀ ਅਤੇ ਲਗਾਤਾਰ 2015 ਤੱਕ ਕੌਂਸਲਰ ਰਹਿਣ ਉਪਰੰਤ ਟਰੂਡੋ ਸਰਕਾਰ ਅਧੀਨ ਉਹ ਐਡਮਿੰਟਨ ਮਿਲਸ ਬੋਰਡਸ ਵਿੱਚੋਂ MP ਚੁਣੇ ਜਾਣ ਅਤੇ ਫਿਰ ਇਨਫਰਾਸਟ੍ਰਕਚਰ ਅਤੇ 2018 ਵਿੱਚ ਨੈਚੁਰਲ ਰਿਸੋਰਸਿਸ ਮੰਤਰੀ ਰਹੇ ਸਨ ਅਤੇ ਐਡਮਿੰਟਨ ਵਿੱਚ ਉਹ LRT ਸਿਸਟਮ ਦੇ ਨਿਵੇਸ਼ ਕਰਨ ਦੇ ਵੱਡੇ ਹਮਾਇਤੀ ਰਹੇ ਹਨ ਜਿਨ੍ਹਾਂ ਅਨੁਸਾਰ ਐਡਮਿੰਟਨ ਵਿੱਚ ਰਹਿੰਦੀ ਡਾਇਵਰਸ ਕਮਿਊਨਿਟੀ ਨੇ ਸਿਰਫ ਇੱਕ ਰੰਗਦਾਰ ਵਿਅਕਤੀ ਨੂੰ ਹੀ ਨਹੀਂ ਫਤਵਾ ਦਿੱਤਾ ਬਲਕਿ ਉਹਨਾਂ ਦੇ ਕੌਂਸਲ ਵਿੱਚ ਹੁਣ ਸਭ ਤੋਂ ਵੱਧ ਔਰਤਾਂ ਵੀ ਚੁਣੀਆਂ ਗਈਆਂ ਹਨ ਜੋ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ। ਐਡਮਿੰਟਨ ਦੇ ਵਿੱਚ ਇਸ ਵੇਲੇ ਜਿਹੜੀ ਕੌਂਸਲ ਹੈ ਉਹ ਬੜੀ ਡਾਇਵਰਸ ਨਵੀਂ ਕੌਂਸਲ ਆ ਰਹੀ ਹੈ, ਉਹਦੇ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ, ਬਹੁਤ ਵਧੀ, ਬੜੀ ਬੜੀ ਵਧੀਆ ਗੱਲ ਹੈ। ਤੇ ਜਾਂ ਨਾਲ ਹੀ ਨਾਲ ਜਿਹੜੇ ਸਾਡੇ ਇੰਡੀਜਨਸ ਤੇ ਕ੍ਰੇਸ਼ਲਾਈਜ਼ਡ ਲੋਕੀ ਆ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਪ੍ਰੋਪਰ ਹੈਗੀ ਆ, ਜਿਹਦੇ ਨਾਲ ਜਿਹੜੀ ਡਿਸੀਜਨ ਮੇਕਿੰਗ ਵਧੀਆ ਹੋਵੇਗੀ, ਜਿਹੜੇ ਚੈਲੰਜਸ ਅਸੀਂ ਸਾਂਝੇ ਤੌਰ ਤੇ ਹੱਲ ਕਰਾਂਗੇ। ਤੇ ਲੋਕਾਂ ਦੇ ਜੋ ਮਸਲੇ ਨੇ, ਇਕਾਨਮੀ ਦਾ ਮਸਲਾ ਹੈ, ਸਾਡੇ ਸ਼ਹਿਰ ਦੇ ਜਿਹੜੇ ਸੋਸ਼ਲ ਇਸ਼ੂਜ਼ ਨੇ ਉਹਨਾਂ ਨੂੰ ਕਿਵੇਂ ਟੈਕਲ ਕਰਨਾ, ਰੇਸਿਜ਼ਮ ਨੂੰ ਕਿਵੇਂ ਟੈਕਲ ਕਰਨਾ, ਕਲਾਈਮੇਟ ਚੇਂਜ ਦਾ ਜੋ ਕ੍ਰਾਈਸਿਸ ਆ ਉਹਨੂੰ ਕਿਵੇਂ ਅਸੀਂ ਜੋਬ ਦੇ ਵਿੱਚ ਬਦਲ ਸਕਦੇ ਹਾਂ। ਸੋ ਇਹ ਜਿਹੜੇ ਮਸਲੇ ਨੇ ਜਿਹਨਾਂ ਨੂੰ ਸਾਂਝੇ ਤੌਰ ਤੇ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਤੇ ਸੋਹੀ ਅਨਸਾਰ ਜੇਕਰ ਉਹਨਾਂ ਨੂੰ ਪਰਿਵਾਰ ਅਤੇ ਕਮਿਊਨਿਟੀ ਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਇਸ ਮੁਕਾਮ ਤੇ ਨਾ ਪਹੁੰਚਦੇ। ਮੇਰੀ ਇਕੱਲੇ ਦੀ ਜਿੱਤ ਨਹੀਂ ਆ, ਇਹ ਸਾਡੀ ਸਾਂਝੀ ਸਾਰਿਆਂ ਦੀ ਜਿੱਤ ਹੈਗੀ ਹੈ। ਜੋ ਵੀ ਮੈਂ ਅੱਜ ਤੱਕ ਕੀਤਾ ਕਮਿਊਨਿਟੀ ਦੇ ਸਾਥ ਦੇ ਨਾਲ ਕੀਤਾ, ਕਮਿਊਨਿਟੀ ਨੇ ਮੈਨੂੰ ਉੱਚਾ ਚੁੱਕਿਆ ਤੇ ਮੈਂ ਕਮਿਊਨਿਟੀ ਦਾ ਮਾਣ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਾ ਰਹਿਣਾ ਹਮੇਸ਼ਾ। ਪੰਜਾਬੀ ਸਿਖਾਈ ਆ, ਮੰਮੀ ਨੇ ਪਾਠ ਕਰਨਾ ਸਿਖਾਇਆ, ਹਰ ਰੋਜ਼ ਉਹ ਮੇਰਾ ਖਿਆਲ ਰੱਖਦੇ ਹੈਗੇ ਆ। ਤੇ ਮੇਰੇ ਪਾਪਾ ਜੀ ਪੂਰੇ ਹੋ ਗਏ ਸੀ 2003 ਵਿੱਚ, ਬੜੇ ਅਨਐਕਸਪੈਕਟਡਲੀ। ਉਹਨਾਂ ਦਾ ਜਾਣਾ ਬਹੁਤ ਔਖਾ ਸੀ ਸਾਡੇ ਵਾਸਤੇ, ਪਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਸ਼ੁਰੂ ਕੀਤੀਆਂ ਸੀ ਇੱਥੇ, ਪੰਜਾਬੀ ਸਕੂਲਾਂ ਦੇ ਵਿੱਚ ਲਗਾਉਣੀ, ਸਿੱਖੀ ਦੀ ਗੱਲ ਕਰਨੀ ਪਬਲਿਕ ਸਕੂਲ ਸਿਸਟਮ ਵਿੱਚ, ਉਹ ਪ੍ਰੋਜੈਕਟਸ ਉਹਨਾਂ ਤੋਂ ਫਿਨਿਸ਼ ਨਹੀਂ ਹੋਏ ਤੇ ਉਹ ਮੈਂ ਉਹਨਾਂ ਵਾਸਤੇ ਫਿਨਿਸ਼ ਕੀਤੇ ਉਹਨਾਂ ਦੇ ਦੋਸਤ ਮਿੱਤਰਾਂ ਦੇ ਨਾਲ ਰਹਿ ਕੇ। ਉਸ ਚੀਜ਼ ਨੇ ਜਿਹੜੀ ਮੈਨੂੰ ਕਮਿਊਨਿਟੀ ਦੀ ਸੇਵਾ ਦੀ ਗੱਲ ਸਿਖਾਈ ਹੈ ਨਾ, ਉੱਥੋਂ ਸ਼ੁਰੂ ਹੋਇਆ ਸਾਰਾ ਕੰਮ। ਸੋ ਪਾਪਾ ਨੂੰ ਮੈਂ ਹਰ ਰੋਜ਼ ਮਿਸ ਕਰਦੀ ਹੈ, ਪਰ ਉਹਨਾਂ ਦੇ ਕਰਕੇ ਇਹ ਚੀਜ਼ ਹੋਈ। ਨਿਰਸੰਦੇਹ ਕੈਨੇਡਾ ਵਿੱਚ ਆ ਵਸੇ ਪੰਜਾਬੀ ਭਾਈਚਾਰੇ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਰਾਜਨੀਤੀ ਵਿੱਚ ਤਾਂ ਖੂਬ ਮੱਲਾਂ ਮਾਰੀਆਂ ਹਨ। ਸੋ ਆਪਣੇ ਭਾਈਚਾਰੇ ਦੇ ਨਾਲ ਨਾਲ ਐਲਬਰਟਾ ਦੀ ਡਾਇਵਰਸ ਕਮਿਊਨਿਟੀ ਜਿਨ੍ਹਾਂ ਨੇ ਆਪਣੇ ਸ਼ਹਿਰਾਂ ਦੀ ਵਾਗਡੋਰ ਇਹਨਾਂ ਨੂੰ ਸੌਂਪੀ ਹੈ, ਤੋ ਇਹਨਾਂ ਤੋਂ ਹੁਣ ਢੇਰ ਸਾਰੀਆਂ ਆਸਾਂ ਵੀ ਜ਼ਰੂਰ ਹਨ। ਪ੍ਰਭਜਿਤ ਕੌਰ, ਓਮਨੀ ਨਿਊਜ਼, ਸਰੀ।